ਸਸ ਸੀਗਾ ਮੇਰੇ ਸਾਰੇ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਖਬਰ ਲੈ ਕੇ ਆਏ ਆ ਬਹੁਤ ਸਾਰੇ ਮੇਰੇ ਫਰੈਂਡ ਮੈਨੂੰ ਪੁੱਛ ਰਹੇ ਸੀ ਕਿ ਸਾਰੇ ਇੱਕ ਵੀਡੀਓ ਬਣਾ ਦੋ ਐਨਟीडी ਵਿੱਚ ਆਈ ਐਸ ਉਹਦਾ ਸਰਟੀਫਿਕੇਟ ਹੈ ਜਿਹੜਾ ਚੱਲੇਗਾ ਜਾਂ ਨਹੀਂ ਤੇ ਐਨਟीडी ਲਈ ਵੀ ਇੱਕ ਗੁੱਡ ਨਿਊਜ਼ ਹੈ ਉਹਦੇ ਬਾਰੇ ਵੀ ਆਪਾਂ ਥੋੜੀ ਚਰਚਾ ਕਰਾਂਗੇ ਠੀਕ ਆ ਪਰ ਸਾਰੀ ਗੱਲ ਮੇਤੇ ਆ ਨਾ ਸੁਣਿਆ ਹੁਣ ਹੁਣ ਆਪਰੇ ਜਿਹੜੇ ਜੇ ਆਪਾਂ ਚਾਹੀਏ ਕਿ ਜਿਹੜੀ ਐਨਟीडी ਸਰਟੀਫਿਕੇਟ ਆ ਉਹ ਆਪਣੇ ਤਿੰਨ ਕ ਯੂਨੀਵਰਸਿਟੀ ਹੈਗੀਆਂ ਜਿਹੜੀਆਂ ਬਣਾ ਰਹੀਆਂ ਜਿਵੇਂ ਇਗਨੂ ਹੋ ਗਿਆ ਇੱਕ ਬੀਪੀਏ ਹੈ ਇਕ ਕੋਈ ਇੱਕ ਹੋਰ ਹੈਗੀ ਠੀਕ ਹੈ ਤਿੰਨ ਯੂਨੀਵਰਸਿਟੀ ਆਈਆਂ ਉਹਦੇ ਬਾਰੇ ਡਿਟੇਲ ਤੇ ਸਮਝ ਨਹੀਂ ਲੋੜ ਦੀ ਜਿਹੜੇ ਕੰਮ ਦੀ ਗੱਲ ਉਹ ਦੱਸਦਾ ਤੁਹਾਨੂੰ ਮੈਂ ਜਿਹੜੀਆਂ ਇਹ ਯੂਨੀਵਰਸਿਟੀ ਗਈਆਂ ਇਹ ਹੀ ਜ਼ਿਆਦਾਤਰ ਹੈ ਜਿਹੜਾ ਇਹ ਸਰਟੀਫਿਕੇਟ ਬਣਾ ਰਹੀਆਂ ਠੀਕ ਹੈ ਹੋਰ ਕੋਈ ਯੂਨੀਵਰਸਿਟੀ ਇਹ ਸਰਟੀਫਿਕੇਟ ਬਣਾ ਨਹੀਂ ਰਹੀ ਪਰ ਵਿੱਚ ਕਈ ਫਰੈਂਡ ਹੈ ਮੇਰੇ ਜਿਹੜੇ ਉਹ ਆਈਐਸ ਉਹਦੇ ਸਰਟੀਫਿਕੇਟ ਬਣੇ ਬੈਠੇ ਆ ਤੇ ਉਹ ਇਹ ਗੱਲ ਮੈਨੂੰ ਬਾਰ ਬਾਰ ਪੁੱਛਦੇ ਸੀ ਸਰ ਕੀ ਜਿਹੜਾ ਇਹ ਆਈਐਸ ਉਹਦਾ ਸਰਟੀਫਿਕੇਟ ਹੈ ਕਿ ਇਹ ਸਾਡਾ ਚੱਲੂਗਾ ਕਿ ਨਹੀਂ ਚੱਲੂਗਾ ਠੀਕ ਹੈ ਤੇ ਉਹਦੇ ਬਾਰੇ ਜਦੋਂ ਮੈਂ ਸਾਰੀ ਡਿਟੇਲ ਇਕੱਠੀ ਕੀਤੀ ਤਾਂ ਉਹਦੇ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਤੋਂ ਵੀ ਸਾਡੇ ਤੋਂ ਲੈ ਲੇਤੀ ਸੀ ਤੇ ਦੋ ਤਿੰਨ ਹੋਰ ਜਗ੍ਹਾ ਤੋਂ ਵੀ ਲੈ ਲੇਤੀ ਪਰ ਉਹਨਾਂ ਨੇ ਇਹਦੇ ਵਿੱਚ ਨਾ 50-50 ਕਿਹਾਗਾ 50-50 ਕਿਉਂ ਕਿਹਾਗਾ ਚੱਲਣ ਦੇ ਚਾਂਸ ਕਿਉਂ ਆਗੇ ਤੇ ਨਾ ਚੱਲਣ ਦੇ ਚਾਂਸ ਕਿਉਂ ਆ ਉਹ ਗੱਲਾਂ ਮੈਂ ਤੁਹਾਨੂੰ ਦੋਨੇ ਦੱਸੂਗਾ ਪਹਿਲਾਂ ਤਾਂ ਇਹ ਗੱਲ ਥੋੜੀ ਨਾ ਚੱਲਣ ਦੇ ਚਾਂਸ ਕੀ ਹੈ ਨਾ ਚੱਲਣ ਦੇ ਚਾਂਸ ਇਹ ਹੈ ਕਿ ਆਪਣੇ ਦੇ ਵਿੱਚ ਜਿਹੜੀਆਂ ਤਿੰਨ ਯੂਨੀਵਰਸਿਟੀਾਂ ਹੀ ਆਂ ਜਿਹੜੀਆਂ ਕਿ ਇੱਕ ਹਰਿਆਣਾ ਚ ਹੈ ਤੇ ਇੱਕ ਇੰਦਰਾ ਗਾਂਧੀ ਹੋਗੀ ਇਹ ਯੂਨੀਵਰਸਿਟੀ ਹੋਗੀ ਇਹੀ ਬਣਾ ਰਹੇ ਹੈ ਚੱਲਣ ਦੇ ਕਾਰਨ ਨਾ ਚੱਲਣ ਦੇ ਕਾਰਨ ਤਾਂ ਇਹ ਹੈ ਕਿ ਇਹਨਾਂ ਤਿੰਨਾਂ ਦੀ ਥੋੜੇ ਜਿਹਾ ਨਾ ਜ਼ਿਆਦਾ ਫੇਮਸ ਹੈਗੀ ਬੰਦੇ ਦਾ ਨਾਂ ਚੱਲਦਾਗਾ ਤੇ ਚੱਲਣ ਦੇ ਕੀ ਚਾਂਸ ਆਈਏ ਸੋਦੇ ਚੱਲਣ ਦੇ ਚਾਂਸ ਇਹ ਹੈ ਕਿ ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਵੀ ਚੀਜ਼ ਮੈਂਸ਼ਨ ਨਹੀਂ ਕੀਤੀ ਕਿ ਸਰਟੀਫਿਕੇਟ ਆ ਜਿਹੜਾ ਐਂਟੀਟੀ ਦਾ ਉਹ ਕਿਹੜੀ ਜਗ੍ਹਾ ਦਾ ਹੋਣਾ ਚਾਹੀਦਾ ਠੀਕ ਹੈ ਕਿਉਂਕਿ ਵੈਰੀਫਿਕੇਸ਼ਨ ਬਾਤ ਦਾ ਹਰੇਕ ਚਾਹੇ ਚਪਟਾਸੀ ਦੀ ਪੋਸਟ ਲੇ ਲਗੋ ਵੈਰੀਫਿਕੇਸ਼ਨ ਦਾ ਹਰੇਕ ਸਾਡੀ ਵੀਡ ਦੀ ਡਾਕੂਮੈਂਟ ਦੀ ਹੋਣੀ ਹੋਣੀ ਹੈ ਪਰ ਵੈਰੀਫਿਕੇਸ਼ਨ ਦੇ ਸਮੇ ਉਹ ਚੀਜ਼ ਥੋੜੀ ਸਹੀ ਪਾਈ ਜਾਣੀ ਹੋਣੀ ਚਾਹੀਦੀ ਆ ਮੇਨ ਫੈਕਟ ਇੱ ਠੀਕ ਹੈ ਮੇਰੀ ਹੈ ਟ੍ਰੇਡ ਨਹੀਂ ਹੈਗੀ ਮੇਰੀ ਟ੍ਰੇਡ ਅਲੱਗ ਹੈਗੀ ਪਰ ਫਿਰ ਵੀ ਮੈਂ ਬਹੁਤ ਜਿੰਨੀ ਕਨੋਲਜ ਇਕੱਠੀ ਕੀਤੀ ਹੈ ਕਿ ਤੁਹਾਨੂੰ ਜਿੰਨੀ ਇਨਫੋਰਮੇਸ਼ਨ ਦੇਵਾਂਗਾ ਬਿਲਕੁਲ ਸਹੀ ਦੇਵਾਂਗਾ ਠੀਕ ਹੈ ਦੇਖੋ ਜਿਵੇਂਗਾ ਨੋਟੀਫਿਕੇਸ਼ਨ ਦਿੱਤਾ ਨਾ ਨੇ ਆਪਾਂ ਨੂੰ ਠੀਕ ਹੈ ਆ ਨੋਟੀਫਿਕੇਸ਼ਨ ਆਪਣਾ ਇਹਦੇ ਵਿੱਚ ਵੀ ਇਹਨਾਂ ਨੇ ਕਿਤੇ ਨਹੀਂ ਦੱਸਿਆ ਕਿ ਆਪਾਂ ਨੂੰ ਦੇਖੋ ਜਿਵੇਂਗਾ ਲਿਖਿਆ ਹੋਇਆ ਹੈਗਾ 12ਵੀਂ ਦੇ ਵਿੱਚ 45% ਨੰਬਰ ਹੋਣੇ ਜ਼ਰੂਰੀ ਹੈ ਠੀਕ ਹੈ ਡਿਪਲੋਮਾ ਸਰਟੀਫਿਕੇਟ ਇਨ ਟੀਚਰ ਪ੍ਰੋਗਰਾਮ 1 ਸਾਲ ਤੋਂ ਘੱਟ ਜਾ ਇਸਦੇ ਕੋਰਸ ਬਰਾਬਰ ਹੋਣਾ ਚਾਹੀਦਾ ਨੋਟੀਫਿਕੇਸ਼ਨ ਇਤੋਂ ਇਸ ਗੱਲ ਤੋਂ ਇਹ ਜੀ ਦਾ ਪਤਾ ਲੱਗ ਜਾਣਾ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ এডਿਕੇਸ਼ਨ ਨਰਸਰੀ ਟੀਚਰ এডਿਕੇਸ਼ਨ ਐਨ ਆਈ ਟੀ ਵੀ ਕਹਿ ਸਕਦੇ ਨੂੰ ਆਪਾਂ ਠੀਕ ਹੈ ਨਾ ਜਾਂ ਇਸ ਦੇ ਹੋਰ ਕੋਰਸਿਸ ਦੇ ਬਰਾਬਰ ਇਸੇ ਬਰਾਬਰ ਦਾ ਫਿਰ ਆਪਾਂ ਆਈਐਸ ਉਹ ਚਲਾ ਸਕਦੇ ਹਾਂ ਦਾ ਮਤਲਬ ਤਾਂ ਇਹੀ ਹੈ ਨਾ ਸਭ ਤੋਂ ਇਹਨਾਂ ਨੇ ਕੋਈ ਸਪੈਸ਼ਲ ਨਹੀਂ ਦਿੱਤਾ ਕਿ ਆਈਜੀਐਨਓ ਤੋਂ ਮਾਤਾ ਪ੍ਰਾਪਤ ਹੋਵੇ ਜਾਂ ਕੋਈ ਹੋਰ ਜਿਹੜੀ ਵੱਡੀ ਯੂਨੀਵਰਸਿਟੀ ਤੋਂ ਮਾਤਾ ਪ੍ਰਾਪਤ ਹੋਵੇ ਇਹਨਾਂ ਨੇ ਇਸ ਜੀ ਗੱਲ ਕੁਝ ਨਹੀਂ ਕੀਤੀ ਸਿਰਫ ਇਹਨੇ ਕਿਹਾ ਕਿ ਉਸ ਦੇ ਬਰਾਬਰ ਬਰਾਬਰ ਦਾ ਮਤਲਬ ਤਾਂ ਇਹ ਹੈ ਕਿ ਆਈਐਸ ਉਹ ਚੱਲਣ ਦੇ ਚਾਂਸ 100 ਦੇ ਵਿੱਚੋਂ 90% ਹੈਗੇ ਆ ਠੀਕ ਹੈ ਤੇ ਥੋੜੀ ਜਿਹੀ ਇਕ ਕਾਲੀ ਗੌਰ ਰੱਖਣੇ ਕਿ ਬਿਲਕੁਲ ਜਾਲੀ ਚੀਜ਼ ਤੇ ਨਾ ਭੱਜ ਜੂਗੇ ਤੇ ਕਿਉਂਕਿ ਪੋਸਟਾਂ ਬਹੁਤ ਜ਼ਿਆਦਾ ਹੈ ਮੈਂ ਸਮਝਦਾ ਕਿ ਬੇਰੁਜ਼ਗਾਰੀ ਆਪਣੇ ਪੰਜਾਬ ਦੇ ਵਿੱਚ ਬਹੁਤ ਫੈਲੀ ਹੋਈ ਹੈ ਅਸੀਂ ਵੀ ਹੁਣ ਬਹੁਤ ਥੋੜੇ ਟਾਈਮ ਦਾ ਪੰਜਾਬ ਪੁਲਿਸ ਦੀ ਏਜ ਇਲੈਕਸ਼ਨ ਦਾ ਮੁੱਦਾ ਚੱਕਿਆ ਹੋਇਆ ਹੈਗਾ ਠੀਕ ਹੈ ਨਾ ਪਰ ਮੈਂ ਹਰੇਕ ਸਟੂਡੈਂਟ ਨੂੰ ਆਪਦੇ ਨਾਲ ਬੰਨ੍ਹ ਕੇ ਚੱਲਦਾ ਠੀਕ ਹੈ ਤੇ ਜਿਵੇਂ ਕਿ ਨੇ ਲਿਖਿਆ ਹੈ ਕਿ ਜਾਂ ਕੋਈ ਹੋਰ ਕੋਰਸ ਹੈ ਤੇ ਬਰਾਬਰ ਹੋ ਤਾਂ ਇਸ ਤੋਂ ਸਰਪੇਈ ਚੀਜ਼ ਆਪ ਤੋਂ ਨੇ ਕਿ ਹੋਰ ਸਰਟੀਫਿਕੇਟ ਵੀ ਚੱਲ ਸਕਦਾ ਕਿਉਂਕਿ ਇਹਨੇ ਬਿਲਕੁਲ ਵੀ ਇਹ ਗੱਲ ਮੈਂਸ਼ਨ ਨਹੀਂ ਕੀਤੀ ਕਿ ਇਹ ਸਰਟੀਫਿਕੇਟ ਇਸੇ ਯੂਨੀਵਰਸਿਟੀ ਤੋਂ ਮਾਤਾ ਪ੍ਰਾਪਤ ਹੋਵੇ ਠੀਕ ਹੈ ਬਾਕੀ 10ਵੀਂ ਦੇ ਵਿੱਚ ਇਹ ਦਾ ਆਪਣੀ ਹਰੇਕ ਪੋਸਟ ਦੇ ਵਿੱਚ ਜੁਲ ਕਰਤਾ ਕਿ ਪੰਜਾਬੀ ਦੇ ਵਿੱਚ 10ਵੀਂ ਦੇ ਵਿੱਚ ਪ੍ਰੀਖਿਆ ਦੇ ਵਿੱਚ ਆਪਣੇ ਕੋਲ ਪੰਜਾਬੀ ਹੋਣੀ ਹੀ ਹੋਣੀ ਚਾਹੀਦੀ 10ਵੀਂ ਦੇ ਵਿੱਚ 100 ਨੰਬਰ ਦਾ ਪੇਪਰ ਹੋਣਾਗਾ ਠੀਕ ਹੈ ਬਾਕੀ ਜੇ ਆਪਣੇ ਕੋਲ ਗ੍ਰੈਜੂਏਸ਼ਨ ਹੋਵੇ ਪੰਜ ਅੰਕ ਦੂਜੇ ਦਰਜੇ ਚ ਪਾਸ ਹੋਵੇ ਤਾਂ ਤਿੰਨਾਂ ਕਿ ਤੀਜੇ ਦਰਜੇ ਵਾਲੇ ਦੇ ਦੋ ਅੰਕ ਬਾਕੀ ਜਿਹੜਾ ਪੇਪਰ ਦੀ ਮੈਟਬਾਨੀ ਉਹ ਆਪ ਨੂੰ ਪਤਾ ਹੀ ਹੈ ਕਿ ਉਹ ਮੈਟ ਦੇ ਹਿਸਾਬ ਤੇ ਬਣੂਗੀ ਜੀ ਮੈਟ ਵੱਧ ਹੋਊਗੀ ਉਹ ਉਹਨੂੰ ਮੰਨੇ ਜਾਊਗਾ ਠੀਕ ਹੈ ਨਾ ਇਹ ਤਾਂ ਆਪਣਾ ਆਮ ਗੱਲਾਂ ਆ ਗਈਆਂ ਤੇ ਜਿਹੜੀ ਮੇਨ ਚੀਜ਼ ਇਹ ਹੀ ਹੈ ਕਿ ਚੱਲ ਸਕਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਠੀਕ ਹੈ ਕਿ ਬਿਲਕੁਲ ਵੀ ਕੋਈ ਬਾਰੇ ਵਿੱਚ ਤੁਹਾਨੂੰ ਹੋਰ ਗੱਲ ਦੱਸਦਾਗਾ ਕੀ ਜਿਵੇਂ ਕਿਹਾ ਦਿੱਤਾ ਪਹਿਲਾਂ ਨੇ ਇੱਕ ਨੋਟ ਲਿਖਿਆ ਹੋਇਆ ਸਾਫ ਕਾ ਸੈਂਕ ਫੀਸ ਦੀ ਅਦਾਇਗੀ ਵਿੱਚ ਛੋਟ ਹੋਵੇਗੀ ਠੀਕ ਹੈ ਇਹ ਵੀ ਕੋਈ ਜਿਆਦਾ ਹੋ ਪਾਉੜੇ ਦੀ ਜੀ ਨੀ ਬਾ ਜਿਹੜੀ ਆਪਾਂ ਪੜ੍ਹਨੀ ਆ ਤਾਂ ਉਹੀ ਚੀਜ਼ ਮੈਨੂੰ ਤਾਂ ਬਸ ਇਹੀ ਚੱਕਰ ਹੈਗਾ ਕਿ ਥੋੜਾ ਜਿਹਾ ਬਿਲਕੁਲ ਝਾਲੀ ਚੀਜ਼ ਦਾ ਫਾਜੋ ਕਿ ਬਾਅਦ ਚੰੜੇ ਛੋਟੇ ਕੋਈ ਕੇਸ ਹੋ ਜੇ ਨਾ ਤੁਸੀਂ ਆਪਣੀ ਪੜ੍ਹਾਈ ਜਿਹੜੀ ਨੇ ਸਾਡਾ ਨੇ ਕੀਤੀ ਉਹ ਤੋਂ ਵੀ ਆਉਦਾ ਤੁ ਤੁਲੋ ਠੀਕ ਹੈ ਤੇ ਬਾਸ ਮੇਰਾ ਸਭ ਤੋਂ ਇਹ ਸਮਝਉਣਾ ਚਾਹੁੰਦਾ ਸੀ ਕਿ ਇਹ ਸਰਟੀਫਿਕੇਟ ਚੰਨ ਦੇ ਚਾਂਸ ਹੈਗੇ ਨੇ ਬਾਕੀ ETT ਵਾਲਿਆਂ ਦੀ ਗੁੱਡ ਨਿਊਜ਼ ਕੀ ਹੈ ETT ਵਾਲਿਆਂ ਦੀ ਗੁੱਡ ਨਿਊਜ਼ ਇੱਕ ਇੱਕ ਮੁੰਡਾਗਾ ਉਹਦੇ ਕੇਸ ਕੀਤਾ ਹੋਇਆ ਹੈਗਾ ਹਾਈ ਕੋਰਟ ਦੇ ਵਿੱਚ ਕਿ ਉਹ ETT ਦਾ ਸਟੂਡੈਂਟ ਹੈ ਕਿ ਸਾਡਾ ਵੀ ਇਹ ਮਤਲਬ ਕੀ ਅਸੀਂ ਵੀ ਅਪਲਾਈ ਕਰ ਸਕਦੇ ਹਾਂ ਜੇ ਕਿਸੇ ਬੰਦੇ ਨੇ ਉਹ ਬੰਦੇ ਨਾਲ ਜੋੜਨ ਦਾ ਆਪਣੇ ਨਾਲ ਤਾਂ ਮੈਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਦਿਓ ਤਾਂ ਮੈਂ ਉਸ ਫ੍ਰੈਂਡ ਦਾ ਨੰਬਰ ਕਿਸੇ ਨੂੰ ਲੈ ਕੇ ਤੁਹਾਨੂੰ ਸੈਂਡ ਕਰ ਦੂੰਗਾ ਠੀਕ ਹੈ ਤੇ ਉਹੀ ਟੈਨਸ਼ਨ ਨਾ ਮੰਨਿਓ ਤੇ ਤੁਹਾਡੇ ਕੋਲੇ ਨੰਬਰ ਆਟੋਮੈਟਿਕ ਹੀ ਪਹੁੰਚ ਜਾਊਗਾ ਮੈਂ ਤੁਹਾਨੂੰ ਸੈੱਟ ਕਰ ਦੂੰਗਾ ਕਮੈਂਟ ਦੇ ਵਿੱਚ ਇੱਕ ਵਾਰੀ ਵੀ ਆਪਣਾ ਨੰਬਰ ਹੋ ਆਪਣਾ ਮਤਲਬ ਕਮੈਂਟ ਕਰ ਦਿਓ ਮੈਂ ਤੁਹਾਨੂੰ ਰੋੜ ਨੰਬਰ ਸੈੱਟ ਕਰ ਦੂੰਗਾ ਜਿਹੜਾ ਕੰਟੈਕਟ ਕਰੋ ਤੇ ਬਾਅਦੋਂ ਬਾਅਦ ਸਾਥ ਦਿਓ ਤੇ ਈਟੀਟੀ ਵਾਲੇ ਵਾਲੇ ਵਾਸਤੇ ਵੀ ਇਹ ਬਹੁਤ ਸਰੇੜੀ ਮੌਕਾ ਹੈ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਕਿਉਂਕਿ ਇਹਨੀ ਪੋਸ ਤੇ ਤਾਂ ਕਰਕੇ ਮੈਨੂੰ ਪਤਾ ਹੈਗਾ ਮੈਂ ਮਜਬੂਰੀ ਸਮਝਦਾ ਸਟੂਡੈਂਟ ਦੀ ਠੀਕ ਹੈ ਤੇ ਤੁਸੀਂ ਬਸ ਆਪਦਾ ਜੋਰ ਲਾ ਕੇ ਇੱਕ ਵਾਰੀ ਠੀਕ ਹੈ ਬ੍ਰਦਰ ਤੇ ਆ ਆਪਣੀ ਜਿਹੜੀ ਤੁਹਾਨੂੰ ਮੈਂ ਦੱਸਿਆਗਾ ਇਹ ਚੀਜ਼ ਦੀ ਗੌਰ ਕਰਦੇ ਥੋੜੀ ਜੀ ਓਕੇ ਤੇ ਜੇ ਕਿਸੇ ਬ੍ਰਦਰ ਨੂੰ ਕੋਈ ਗੱਲ ਦੀ ਹੋਰ ਲੋੜ ਪੁੱਛਣਾ ਚਾਹੁੰਦਾਗਾ ਕੁਝ ਵੀ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਤੇ ਕਮੈਂਟ ਬਾਕਸ ਦੇ ਵਿੱਚ ਨੰਬਰ ਉਹ ਕਰਕੇ ਤੇ ਧੰਨਵਾਦ ਮੇਰੇ ਦੋਸਤੋ ईटीडी ਵਾਲਾ ਨਹੀਂ ਮੇਰੇ ਮਨ ਦਾ ਕੀ ਚਾਂਸ ਹੈਗਾਗਾ ਤੇ ਦਿਲ ਦਾ ਛੋਟਾ ਕਰੋ ਹਜੇ ਕੋਈ ਚੱਕਰ ਨਹੀਂ ਬਾਕੀ ਜੇ ਤੁਸੀਂ ਅਪਲਾਈ ਕਰਨਾ ਤਾਂ 1000 ਰੁਪਏ ਫੀਸ ਜਾਗਾ ਠੀਕ ਹੈ ਅਪਲਾਈ ਕਰ ਦੋ ਕਿਹਬਈ ਕੋਈ ਪਤਾ ਨਹੀਂ ਹੁੰਦਾ ਤੁੱਕਾ ਵੀ ਚੱਲੇ ਜਾਂਦਾ ਹੁੰਦਾਗਾ ਤੇ ਪਰ ਉਹਦੀ ਗਾਰੰਟੀ ਮੈਂ ਨਹੀਂ ਲਵਾਂਗਾ ਉਹ ਸਿਰਫ ਇੱਕ ਤੁਹਾਨੂੰ ਮਸਲਾ ਦੇ ਸਕਦਾਗਾ ਮੰਨਣੀ ਜਾਂ ਨਾ ਮੰਨਣੀ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਹੋਣੀ ਹੈ ਮੈਂ ਤੁਹਾਨੂੰ ਬਿਲਕੁਲ ਸਹੀ ਇਨਫੋਰਮੇਸ਼ਨ ਦੇਵਾਂਗਾ ਤੇ ਕੋਈ ਚੱਕਰ ਵਾਲੀ ਕਰ ਲੈਣੀ ਠੀਕ ਹੈ ਜੀ ਓਕੇ ਜੀ ਮੈਂ ਦੋਸਤੋ ਸਤਿ ਸ੍ਰੀ ਅਕਾਲ